ਸਤਿ ਸ਼੍ਰੀ ਅਕਾਲ ਜੀ, ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਆਪਣੇ ਸਹੁਰਿਆਂ ਦੇ ਪਿੰਡ ਭੋਗਪੁਰ। ਅੱਜ ਦਾ ਲੋਕਡਾਊਨ ਅਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਪੂਰੇ ਦਿਨ ਦੇ ਕੀ ਕਰਦੇ ਹਾਂ। ਚਾਚੇ ਦੀ ਜਗ੍ਹਾ ਅਤੇ ਚਾਚੇ ਨੇ ਸਬਜ਼ੀਆਂ ਸੁਬਜ਼ੀਆਂ ਲਾਈਆਂ ਅਤੇ ਆਹ ਪੂਰੇ ਖੇਤਾਂ 'ਚ ਸਭ ਤੋਂ ਰਿਲੈਕਸ ਵਾਲੀ ਜਗ੍ਹਾ, ਮਤਲਬ ਮੋਟਰ ਵੀ ਆ ਇੱਥੇ, ਕਮਰਾ ਵੀ ਆ, ਨਾਲ ਇੱਥੇ ਕੁਰਸੀ ਵੀ ਆ, ਬਹਿ ਕੇ ਇੱਥੇ ਕਰੋ ਇੰਜੋਏ ਪੂਰਾ। ਆਹ ਦੇਖੋ ਸਬਜ਼ੀਆਂ, ਅਤੇ ਉਹ ਹੁੰਦਾ ਵਾ ਬੋਰ, ਮੈਂ ਤੁਹਾਨੂੰ ਦੇਖਦਾ। ਐ ਜੀ ਸਾਡੀ ਮੋਟਰ, ਆਹ ਸਾਡਾ ਖੂਹ, ਖੂਹ ਬੜਾ ਡੂੰਘਾ ਜੀ, ਇਹਦੇ ਵਿੱਚ ਕੁਛ ਹੈਗਾ ਹੈ ਨਹੀਂ, ਬਸ ਸੱਪ ਨੇਵਲੇ ਚੂਹੇ ਹੀ ਆ ਬਸ, ਬਾਕੀ ਗੰਦ ਬੰਦ ਸੁੱਟਿਆ। ਇਹ ਮੋਟਰ ਆ, ਮੋਟਰ ਵੀ ਬੰਦ, ਬੱਤੀ ਗਈ ਵੀ ਆ,
ਅੱਜ ਚੱਲੂਗੀ ਤੇ ਹੀ ਆਰਾਮ ਆ। ਆਹ ਹੁੰਦੀਆਂ ਸਬਜ਼ੀਆਂ, ਘਰ ਦੇ ਟਮਾਟਰ, ਅੱਗੇ ਸ਼ਿਮਲਾ ਮਿਰਚਾਂ ਵੀ ਲੱਗੀਆਂ, ਭਿੰਡੀਆਂ ਵੀ ਲੱਗੀਆਂ, ਮਿਰਚਾਂ ਵੀ ਲੱਗੀਆਂ, ਤੋਰੀਆਂ, ਕਰੇਲੇ, ਬੜਾ ਕੁਛ ਲੱਗਾ ਜੀ ਇੱਥੇ। ਮਿਹਨਤ ਕੀਤੀ ਆ, ਆਹ ਲੱਗੀ ਜੀ ਕੀ ਆ, ਆਹ ਦੇਖੋ ਜੀ ਸੰਦੀ ਵੀ ਆ, ਇਹ ਆਹ ਦੇਖੋ ਜੀ ਵੱਡੀ ਜੀ, ਕੀ ਆ ਰਹੀਆਂ ਬੇਲਾਂ। ਉਹ ਅੰਬ ਲੱਗੇ ਆ ਜੀ ਏਡੇ ਵੱਡੇ ਵੱਡੇ ਅੰਬ, ਆਹ ਲੈ ਛੋਟੀਆਂ ਛੋਟੀਆਂ ਅੰਬੀਆਂ ਜੀ ਤੁਹਾਨੂੰ। ਆਹ ਹੈਗੀ ਆ ਜੀ ਆਪਣੀ ਮੰਜੀ, ਆਪਣਾ ਤਾਇਆ ਜੀ ਦੀ, ਉਹ ਸੋਨੂੰ ਭਾਈ ਜਾਂਦੇ ਪਏ। ਹੁਣੀ ਹੁਣੀ ਲੈ ਗਏ ਆ ਪੱਠੇ ਪੁੱਠੇ ਉੱਥੋਂ, ਸਬਜ਼ੀਆਂ ਸੁਬਜ਼ੀਆਂ ਬੀਜੀਆਂ ਉਹਨਾਂ ਨੇ, ਗੰਢੇ, ਗੋਭੀ ਅਤੇ ਅਦਰ ਤਾਂ ਦਿਖਾਉਂਦੇ ਹਾਂ ਜੀ। ਆਹ ਹੈਗਾ ਆਪਣਾ ਟੂੜੀ ਤਾੜੀ ਸਿੱਟੀ, ਉਹ ਆ ਇੱਥੇ ਅਦਰ ਗੋਹਾ ਗੋਹਾ ਸਿੱਟਦੇ ਆ ਇਹ, ਅਤੇ ਆਹ ਹੈਗਾ ਜੀ ਕਮਰਾ, ਤੂੜੀ ਵਾਲਾ ਕਮਰਾ, ਇਹ ਸਾਡੇ ਗੋਰਾ ਜੀ ਦਾ ਤੂੜੀ ਵਾਲਾ ਕਮਰਾ, ਭਰਿਆ ਪਿਆ ਭੂੰਡੀਆਂ ਨੱਤੋ ਨੱਤ, ਅਤੇ ਸਾਰਾ ਬਾਲਣ ਬੁਲਣ ਪਿਆ। ਇੱਥੇ ਵੀ ਮੋਟਰ ਹੈਗੀ ਹੈ ਜੀ, ਇੱਕ ਖੂਹ ਵੀ ਹੈਗਾ, ਇੱਕ ਤੁਹਾਨੂੰ ਦਿਖਾਉਂਦੇ ਹਾਂ। ਆਹ ਮੋਟਰ 'ਚ ਪਾਣੀ ਹੈਗਾ ਪਰ ਗੰਦੀ ਬੜੀ ਆ। ਆਹ ਹੈਗਾ ਜੀ ਖੂਹ, ਇਹਦੇ ਵਿੱਚ ਗੰਦ ਮੰਦੀ, ਉਹ ਬਸ ਗੰਦ ਮੰਦੀ ਹੈ ਜੀ ਬਸ, ਉਹ ਮੋਟਰ ਪਈ ਵਿੱਚ। ਆਹ ਦੇਖੋ ਜੀ ਕਬੂਤਰ ਤਾਂ ਬੜਬੜ ਨਿਕਲਦੇ ਵਿੱਚੋਂ, ਅਤੇ ਅੱਧ ਨੂੰ ਆ ਜਾਓ। ਆਹ ਹੈਗਾ ਜੀ ਅੰਬ, ਤੁਸੀਂ ਹੁਣ ਅੰਬ ਦੇਖ ਕੇ ਦੱਸੋ, ਉੱਥੇ ਨਜ਼ਾਰਾ ਹੀ ਆ ਜੀ। ਆਹ ਦੇਖ ਲਓ ਅੰਬ, ਇੰਨੇ ਅੰਬ ਲੱਗੇ ਆ ਇੱਥੇ ਵੀ, ਛੱਡ ਦੋ ਲਾ ਦੇਖ ਲਓ। ਦਰਖਤ ਦੀ ਛਾਂ ਚੈੱਕ ਕਰੋ ਜੀ, ਆਪਣਾ ਤਾਇਆ ਜੀ ਵਾਲੇ, ਤਾਇਆ ਜੀ ਛੋਟੀ ਜਿਹੀ ਮੋਟਰ ਲੱਗੀ ਇੱਥੇ, ਇੱਥੇ ਨਜ਼ਾਰਾ ਬਾਹਲਾ ਹੀ ਆ। ਅਮਰੂਦ ਅਮਰੂਦ ਲੱਗੇ ਆ, ਨਵਾਂ ਖੰਭਾ ਲੱਗਾ ਬਿਜਲੀ ਵਾਲਾ ਇੱਥੇ, ਅਤੇ ਇੱਥੇ ਗੁੜ ਗੁੜ ਕੱਢਦੇ ਆ ਇਹ, ਆਹ ਕਮਰਾ ਬਾਲਣ ਸੁੱਟਿਆ, ਆਹ ਗੁੜ ਵਾਲਾ ਵੇਲਣਾ ਜੀ, ਇੱਥੇ ਗੁੜ ਨਿਕਲਦਾ ਜੀ, ਇੱਥੇ ਟਰੈਕਟਰ ਲਾ ਕੇ ਵਿੱਚੋਂ ਡੰਡਾ ਜਿਹਾ ਵਸਾ ਕੇ ਅਤੇ ਘੁੰਮਾਉਂਦੇ ਰਹਿੰਦੇ, ਬਸ ਰਸ ਨਿਕਲਦੀ ਆ ਉੱਥੋਂ ਅਤੇ ਸਵਾਦ ਆ ਜਾਂਦਾ। ਇੱਥੇ ਵੇਲਣਾ ਅਤੇ ਇੱਥੇ ਗੁੜ ਬਣਦਾ, ਤੁਹਾਨੂੰ ਦਿਖਾਉਂਦੇ ਗੁੜ ਕਿੱਥੇ ਬਣਦਾ, ਇੱਥੇ ਗੁੜ ਬਣਦਾ ਜੀ, ਤਾਂ ਦੇਖੋ ਭੁਗਣਾ। ਅਤੇ ਉੱਥੇ ਚੱਲਦੀ ਪਈ ਹੈ ਜੀ, ਉਹ ਦੇਖੋ ਬੋਰ ਲੱਗਾ ਸ਼ੁਰੂ ਹੋ ਗਿਆ ਬੋਰ, ਬਸ ਆਪਾਂ ਚੱਲਦੇ ਹਾਂ, ਤੁਹਾਨੂੰ ਬੋਰ ਦਿਖਾਉਂਦੇ ਹਾਂ। ਹਲੇ ਇੱਕ ਮੋਟਰ ਹੋਰ ਹੈਗੀ ਆ, ਉਹ ਵੀ ਤੁਹਾਨੂੰ ਦਿਖਾ ਦਈਏ। ਆ ਗਿਆ ਜੀ ਇਹ ਆਪਣਾ ਹੈਗਾ ਗਗਨ ਭਾਈ ਦੀ ਜਗ੍ਹਾ, ਆਹ ਦੇਖੋ ਉੱਥੇ ਵੀ ਖੂਹ ਹੈਗਾ ਛੋਟਾ ਜਿਹਾ, ਬੰਦ ਕਰਤਾ ਬਾਲਣੀ ਬਾਲਣਾ। ਆਹ ਹੈਗੀ ਜੀ ਮੋਟਰ ਇਹਨਾਂ ਦੀ, ਅਤੇ ਗੋਹਾ ਗੋਹਾ ਸੁੱਟਿਆ ਹੁੰਦਾ। ਇੱਥੇ ਵੀ ਲੱਗਾ ਜੀ ਅੰਬ, ਬੜਾ ਤਕੜਾ ਅੰਬ ਲੱਗਾ ਦੇਖੋ। ਆਹ ਹੈਗੀ ਨਾ ਮੋਟਰ, ਪਾਣੀ ਖਤਮ ਹੀ ਆ, ਪੱਤੀ ਹੈ ਨਹੀਂ ਗੀ, ਅਤੇ ਅੱਧਾ ਦੇਖੋ ਨਜ਼ਾਰਾ, ਅੰਬੀਆਂ ਡਿੱਗੀਆਂ ਹੋਈਆਂ ਥੱਲੇ। ਆਹ ਦੇਖੋ
ਦੇਖੋ ਕਿੱਡਾ ਕਿੱਡਾ ਅੰਬ। ਉਹ ਮੰਜੀ ਡਿੱਠੀ ਹੋਵਾ ਜੀ, ਉੱਥੇ ਪੈਂਦੇ ਚਾਚਾ ਜੀ ਆ ਕੇ। ਅੰਬ ਚੈੱਕ ਕਰੋ ਜੀ ਤੁਸੀਂ, ਆਹ ਦੇਖੋ ਗੁੱਛੇ ਦੇ ਗੁੱਛੇ ਪਏ ਆ, ਗੁੱਛੇ ਦੇ ਗੁੱਛੇ। ਸ਼ਹਿਰਾਂ 'ਚ ਅੰਬ ਨਹੀਂ ਮਿਲਦੇ, ਲੋਕ ਮਾਰ ਮਾਰ ਪੱਟੇ ਤੋੜਦੇ ਆ, ਅਤੇ ਅੰਬਾਂ ਨੂੰ ਕਿਤੇ ਅੰਬ ਮਿਲ ਜਾਏ। ਇੱਥੇ ਉੱਥੇ ਵਾਧੂ ਲਟਕਣਾ ਦੇਖ ਲਓ, ਇਹਨਾਂ ਨੇ ਕੁਦਰਤ ਦੇ ਰੰਗ ਨਜ਼ਾਰੇ ਹੀ ਆ। ਆਹ ਦੇਖੋ ਜੀ ਕੀ ਅੱਗ ਤਾਂ ਲੱਗੀ ਹੋ, ਮੋਟੀ ਮੋਟੀ ਅਮਰੂਦ ਦਾ ਦਰਖਤ ਆ, ਵਿੱਚ ਹੀ ਬੇਲਾਂ ਆਈਆਂ ਉਹਦੀਆਂ। ਕੀ ਆਏਗੀ ਗਗਨ ਭਾਈ ਜੀ ਤੂੜੀ ਕਮਰਾ, ਪੱਤੀ ਹੈ ਨਹੀਂ ਤਾਂ ਨਜ਼ਾਰਾ ਵਾਧੂ ਹੋਣਾ ਜੀ। ਮੋਟਰ ਮੋਟਰ ਕੋਈ ਚੱਲਦੀ ਨਹੀਂ ਵੀ, ਇੱਥੇ ਹਵਾ ਚੱਲਦੀ ਠੰਡੀ ਠੰਡੀ। ਦੇਖੋ ਨਜ਼ਾਰੇ, ਮੰਜਾ ਪਾੜਿਆ ਡਾ, ਇੱਥੇ ਹਵਾ ਬਹੁਤ ਚੱਲਦੀ ਆ। ਉਹ ਸਾਡੀ ਘਰ ਵਾਲੀ ਆ ਗਈ ਜੀ ਰੋਟੀ ਲੈ ਕੇ, ਉਹ ਦੇਖੋ ਘਰ ਵਾਲੀ ਦੇ ਨਾਲ ਸਾਲੀ ਸਾਹਿਬ। ਸਾਡੀਆਂ ਸਬਜ਼ੀਆਂ ਦੇਖ ਲਓ ਤੁਸੀਂ, ਆ ਕੀ ਲੱਗਾ ਜੀ ਆਹ ਮਿਰਚਾਂ ਲੱਗੀਆਂ, ਹਾਂ ਦੇਖ ਲਓ ਜੀ ਮਿਰਚਾਂ ਲੱਗੀਆਂ, ਸੋਹਣੀਆਂ ਮਿਰਚਾਂ ਲੱਗੀਆਂ। ਨਾਲ ਦੇ ਪਾਸੇ ਕੀ ਲੱਗਾ ਜੀ, ਬੈਂਗਣ ਲੱਗਾ ਨੀ ਨਾ ਹਲੇ, ਕੋਈ ਨਵੇਂ ਨਵੇਂ ਬੂਟੇ ਆਏ ਹਲੇ। ਨਾਲ ਦੇ ਪਾਸੇ ਕੀ ਲੱਗਾ ਜੀ, ਅੱਛਾ ਭਿੰਡੀਆਂ, ਇਹ ਵੀ ਹਲੇ ਲਾਈਆਂ ਹੀ ਆ ਜੀ। ਹਾਂਜੀ ਤੇ ਆਹ ਕੀ ਹੈ ਜੀ, ਇਹ ਬੈਂਗਣ ਆ, ਇਹ ਔਰਗੈਨਿਕ ਬੂਟੇ ਆ ਜੀ। ਬਸ ਪਾਣੀ ਲੱਗਣ ਵਾਲਾ ਜੀ, ਬੱਤੀ ਹੈ ਨੀ ਜੀ। ਆਹ ਦੇਖੋ ਜੀ ਆਹ ਲੱਗਾ ਨਿੰਬੂ, ਨਿੰਬੂਆਂ ਦਾ ਦਰਖਤ ਬਹੁਤ ਲੱਗੇ ਸਾਡੇ, ਆਹ ਵੀ ਅਮਰੂਦ ਹੀ ਆ ਜੀ, ਛੋਟੇ ਛੋਟੇ ਲੱਗੇ ਹਲੇ ਸੀਜ਼ਨ ਨਹੀਂ ਆਇਆ, ਛੋਟੇ ਛੋਟੇ ਲੱਗੇ ਜੀ। ਔਰਗੈਨਿਕ ਆਹ ਦੇਖੋ ਜੀ ਲੱਗੇ, ਚੱਲੇ ਬੈਠੇ ਬੈਠੇ ਕਰੇਲੇ ਕਿੱਥੇ ਜੀ, ਆਹ ਕਰੇਲੇ ਲੱਗੇ ਆ ਵਿੱਚ, ਉਹ ਬੜੇ ਦੂਰ ਤੱਕ ਲੱਗੇ ਵੈਸੇ, ਮੈਂ ਤੁਹਾਨੂੰ ਥੋੜੇ ਥੋੜੇ ਦਿਖਾ ਰਿਹਾ। ਹਾਂਜੀ ਉਹ ਬਈ ਥੱਲੇ ਤੋਰੀ, ਹਾਂਜੀ ਛੋਟੀ ਤੋਰੀ ਲੱਗੀ ਆ ਜੀ ਹਲੇ ਸ਼ੁਰੂ ਹੋਈ ਆ। ਚੱਲ ਇਹ ਕੀ ਹੁੰਦਾ ਜੀ, ਹਾਂਜੀ ਹਾਂਜੀ ਵੀਰੇ ਕੀ ਕਹਿੰਦੇ ਇਹਨੂੰ, ਹਾਂਜੀ ਓਕੇ ਜੀ।
ਵਾਧੂ ਲੱਗੀਆਂ ਜੀ ਇਹ ਪੱਠੇ ਲੱਗੇ ਜੀ ਛੋਟੇ ਛੋਟੇ ਵਧਨੇ ਹਾਲੇ ਹੋਰ ਕੀ ਹੈਗਾ ਜੀ ਬੀਨਸ ਕੀ ਫਲੀਆਂ ਹਾਂ ਜੀ ਹਾਂਜੀ ਆ ਕੀ ਲੱਗਾ ਵੱਡਾ ਜਿਹਾ ਦੇਖੋ ਇਹ ਵੀ ਕੀ ਆਈ ਹੈ ਘੀਆ ਲੱਗੀ ਹੈ ਜੀ ਘੀਆ ਬਹੁਤ ਵਾਧੂ ਹੋ ਗਈਆਂ ਸਾਡੇ ਠੀਕ ਹੈ ਇਹ ਵੀ ਮਿਰਚਾਂ ਨੇ ਆਹ ਮਿਰਚਾਂ ਲੱਗੀਆਂ ਜੀ ਥੱਲੇ ਇਹ ਕਰੇਲੇ ਆ ਸ਼ਿਮਲਾ ਮਿਰਚਾਂ ਬੂਟੇ ਆ ਦੇਖੋ ਛੋਟੀਆਂ ਛੋਟੀਆਂ ਸ਼ਿਮਲਾ ਮਿਰਚ ਆ ਦੇਖੋ ਸ਼ਿਮਲਾ ਮਿਰਚਾਂ ਬਹੁਤ ਲੱਗੀਆਂ ਇਸ ਵਾਰ ਹਾਂਜੀ ਕਰੇਲੇ ਆ ਜੀ ਇਹਲੇ ਆਉਣੇ ਆ ਜੀ ਚੱਲ ਜਾ ਹਾਂਜੀ ਇਹ ਕਦ ਤੱਕ ਪੱਕਣੇ ਜੀ ਹਾਂਜੀ ਭਰੇ ਪਏ ਜੀ ਅੰਬ ਨਿੰਬੂ ਦਾ ਬੂਟਾ ਨਿੰਬੂ ਲੈ ਲਓ ਵੱਡਾ ਵੱਡਾ ਆਹ ਦੇਖੋ ਵੱਡਾ ਵੱਡਾ ਨਿੰਬੂ ਆ ਸਟਾਰਟ ਹੋ ਗਿਆ ਬੰਦੇ ਆ ਗਏ ਸਾਰੇ ਬੋਰ ਦਿਖਾਉਂਦਾ ਨੱਕੇ ਨੱਕੇ ਚੱਲ ਗਏ ਆਪਾਂ ਬੱਤੀ ਆਈ ਨਹੀਂ ਹਲੇ ਚੱਲ ਪਿਆ ਜੀ ਗਾੜ ਸਾਰਾ ਬੋਰ ਚੱਲਦਾ ਵਾ ਦੇਖ ਲਓ ਕਿੱਦਾਂ ਮਿਹਨਤ ਕਰਦੇ ਵਿਚਾਰੇ ਆਹ ਦੇਖੋ ਉਹ ਹੋ ਗਿਆ ਨਤ ਨਤ ਪਾਣੀ ਪਾਣੀ ਜਾ ਕਰੋ ਜੀ ਚਾਹ ਆਈ ਆ ਚਾਹ ਕੰਮ ਚੱਲਦਾ ਵਿਆ ਤੁਹਾਨੂੰ ਭਾਈ ਚਾਹ ਲੈ ਕੇ ਆਏ ਨਾਲ ਚਾਚਾ ਜੀ ਬੰਦ ਕਰਤਾ ਜੀ ਆਪਾਂ ਇਹ ਬੰਦ ਕਿਉਂ ਕੀਤਾ ਜੀ ਇਹ ਉੱਧਰ ਕੰਨਿਆਂ ਨੂੰ ਜਾਣਾ ਪਾਣੀ ਆਹ ਦੇਖੋ ਜੀ ਮੋਟਰ ਸਾਡੀ ਚੱਲ ਪਈ ਆ ਨੱਤੋ ਨੱਤ ਪਾਣੀ ਆਉਣਾ ਨਜ਼ਾਰਾ ਕਰੋ ਚੱਕ ਖੂਹ ਦੇ ਨਾਲ ਮੋਟਰ ਨੱਤੋ ਨੱਤ ਪਾਣੀ ਜਾਂਦਾ ਛੂਕਦਾ ਡੋਬਦੇ ਡੋਬਦੇ ਡੋਬਾ ਦੇ ਚੱਕ ਲੈ ਚੱਕ ਦੇ ਗਿਆ ਗਿਆ ਗੁਰਾ ਭਾਜੀ ਆ ਗਏ ਆ ਗੁਰਾ ਭਾਜੀ ਪੈਪ ਲੈ ਕੇ ਆਏ ਆ ਅਸੀਂ ਬੋਰ ਵਾਸਤੇ ਜ਼ਰੂਰੀ ਸੀਗਾ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਏ ਆ ਮਿਸਾਈਲ ਆ ਗਈ ਮਿਸਾਈਲ Thank you.
ਚਲੋ ਜੀ ਆਪਾਂ ਚੱਲਦੇ ਸੀ ਘਰ ਨੂੰ ਆਪਾਂ ਜਾ ਕੇ ਆਪਣਾ ਰੋਟੀ ਪਾਣੀ ਖਾਂਦੇ ਹਾਂ ਨਾਲੇ ਪਸ਼ੂਆਂ ਨੂੰ ਦੇਖਦੇ ਹਾਂ ਅਤੇ ਸ਼ਾਮ ਨੂੰ ਆਉਂਦੇ ਫਿਰ ਮਿਲਦੇ ਹਾਂ ਵਿਚਾਰੀਆਂ ਨੂੰ ਭੁੱਖ ਲੱਗੀ ਆ ਅਤੇ ਬਾਰਿਸ਼ ਦਾ ਮੌਸਮ ਹੋ ਗਿਆ ਬੜਾ ਅਤੇ ਅੰਦਰ ਬੰਨ੍ਹਦੇ ਨੇ ਇਹਨਾਂ ਨੂੰ ਆ ਇਹਨਾਂ ਦਾ ਕਮਰਾ ਰੋਟੀ ਪਾਣੀ ਉਹ ਇਹਨਾਂ ਦਾ ਡਿਨਰ ਲੰਚ ਸਾਰਾ ਲੱਗਾ ਬਸ ਕਹਿੰਦੀਆਂ ਸਾਨੂੰ ਖੋਲ੍ਹ ਦਿਓ ਦੇਖੋ ਤਾਂ ਦੇਖਣ ਡੀਆਂ